ਸਾਰੇ ਹੀ ਕਿਸਾਨ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਆਪਾਂ ਅੱਜ ਇੱਕ ਦਿਖਾ ਰਹੇ ਹਾਂ, ਜਿਹੜੇ ਬਾਈ ਕਹਿੰਦੇ ਬਾਈ ਕੋਈ ਫਰਕ ਨਹੀਂ ਪੈਂਦਾ ਵੀ DAP ਆਪਣਾ ਕਣਕ 'ਚ ਪਿਆ ਹੋਇਆ, ਉਹ ਤੁਹਾਨੂੰ ਆਪਾਂ PR 126 ਝੋਨੇ 'ਚ ਇੱਕ 'ਚ ਪਾਇਆ ਹੋਇਆ, ਇੱਕ 'ਚ ਆਪਾਂ ਪਾਇਆ ਨਹੀਂ, ਆਪਦੇ ਆਪਾਂ ਤਜਰਬੇ ਕੀਤੇ ਨੇ ਵੀ ਕੀ ਫਰਕ ਰਹਿੰਦਾ। ਉਹ ਜੀਰੀ ਦਾ ਸਿਰਫ ਇੱਕ ਦਿਨ ਦਾ ਫਰਕ ਹੈ। ਆਹ ਤੁਹਾਨੂੰ ਜੀਰੀ ਦਿਖਾ ਰਿਹਾ, ਕੈਮਰਾਮੈਨ ਕਹੂੰ ਵੀ ਮਾੜਾ ਜਿਹਾ ਨੇੜੇ ਕਰਕੇ ਦੂਜਾ ਦਿਖਾ ਦੇ। ਆਹ ਸਾਰੀ ਜੀਰੀ ਦਿਖਾ ਦੇ, ਆਹ ਜਿਹੜੀ PR 126 ਲੱਗੀ, ਇੱਕ ਦਿਨ ਦਾ ਫਰਕ ਹੈ ਸਿਰਫ। ਅਤੇ ਤੁਸੀਂ ਇਹਦਾ ਬੂਝਾ ਦੇਖ ਲਓ ਬਾਈ, ਇਹਦਾ 20-20 ਡਾਲ ਬਣਾਈ ਬੈਠੀ ਹੈ, 15-15 ਡਾਲ ਇਹ ਜਣੀ ਜਿਹੜੇ ਟੇਲਰ ਨੇ ਇਹ ਆਪਦੇ ਬਣਾ ਚੁੱਕੀ ਹੈ ਇਸ ਟਾਈਮ। ਅਤੇ ਉਸ ਤੋਂ ਬਾਅਦ ਆਹ ਸਾਰੇ ਤਾਂ DAP 'ਚ ਲੱਗਿਆ ਹੋਇਆ, ਇਹ 'ਚ ਆਪਾਂ ਬੋਰੀ ਬੋਰੀ DAP ਦੀ ਲਾਈ ਹੈ। ਹੁਣ ਤੁਹਾਨੂੰ ਆਪਾਂ ਉਹ ਜੀਰੀ ਦਿਖਾਵਾਂਗੇ ਜਿਹਦੇ 'ਚ ਆਪਾਂ DAP ਨਹੀਂ ਲਾਇਆ। ਇਹ ਕਿਸਾਨਾਂ ਦੇ ਆਪਦੇ ਤਜਰਬੇ ਹੁੰਦੇ ਨੇ, ਫਿਰ ਹੀ ਪਤਾ ਲੱਗਦਾ, ਜੇ ਆਪਾਂ ਸਾਰੀ 'ਚ ਪਾ ਦਈਏ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਵੇਂ ਗਰੋਥ ਕੀਤੀ ਹੈ। ਹੁਣ ਇਹ 'ਚ ਆਪਾਂ ਝੋਨੇ 'ਚ ਪਾਇਆ ਨਹੀਂ, ਮਾੜੇ ਲਵੇ ਕਰਕੇ ਦਿਖਾ ਦੇ ਵੀ ਉੱਨੀ ਇਹਨੇ ਗਰੋਥ ਨਹੀਂ ਕੀਤੀ, ਬਹੁਤ ਹੀ ਜ਼ਿਆਦਾ 'ਚ ਫਰਕ ਹੈ। ਇੱਕ 'ਚ ਪਾਇਆ ਹੋਇਆ, ਇੱਕ 'ਚ ਪਾਇਆ ਨਹੀਂ ਹੋਇਆ, ਬਹੁਤ ਹੀ ਤੁਹਾਡੇ ਸਾਹਮਣੇ ਹੈ ਇਹ। ਇਹਨੇ ਗਰੋਥ ਨਹੀਂ ਕੀਤੀ, ਇਹਦੇ ਸਾਰੇ 10-10 ਡਾਲ ਦਾ ਇਹਨੇ 12-12 ਅਤੇ 15 ਤੱਕ ਹੈ ਇਹਨੇ ਲਗਭਗ ਸਾਰੇ ਜਿਹੜੇ DAP ਪਾਇਆ ਆਪਾਂ। ਅਤੇ ਰੰਗ ਵੀ ਤੁਹਾਡਾ ਫਰਕ ਹੈ, ਰੰਗ ਵੀ ਇਹਦਾ ਪੂਰਾ ਗ੍ਰੀਨ ਰੰਗ ਹੈ ਹਾਲੇ ਤੱਕ ਆਪਾਂ ਨੇ। ਉਸ ਤੋਂ ਬਾਅਦ ਕੁਛ ਨਹੀਂ ਪਾਇਆ, 2 ਥੈਲੇ ਆਪਾਂ ਜੀ ਯੂਰੀਆ ਦੇ ਪਾਏ ਨੇ, 1 ਥੈਲਾ ਆਪਾਂ ਇਹਦੇ ਪਹਿਲੀ ਕੱਦੂ ਤੋਂ ਪਹਿਲਾਂ ਬਾਈ DAP ਦਾ ਪਾਇਆ ਜੀ, 1 ਦੇ ਹਿਸਾਬ ਨਾਲ। ਉਸ ਤੋਂ ਬਾਅਦ ਪਾਇਆ ਆਪਾਂ ਨੇ ਵਾਹ ਕੇ ਅਤੇ ਕੱਦੂ ਕੀਤਾ, ਇਹ ਵੀ ਤਜਰਬਾ ਆ ਗਿਆ ਇਹਨੂੰ ਵਾਹੋ ਜ਼ਮੀਨ ਨੂੰ ਪਹਿਲਾਂ ਵਾਹ ਕੇ ਫਿਰ ਰੇ, ਅਤੇ ਤੁਸੀਂ ਤੁਹਾਡੀ ਜਿਹੜੀ ਫਸਲ ਹੈ ਵਧੀਆ ਹੋਊਗੀ, ਕਿਉਂ ਉਹਨੇ ਪੌਦਾ ਹੌਲੀ ਹੌਲੀ ਲਈ ਜਾਂਦਾ ਜਿੰਨੀ ਉਹਨੂੰ ਲੋੜ ਹੈ। ਅਤੇ ਫਿਰ ਤੁਸੀਂ ਆਪ ਹੀ ਦੇਖ ਲਓ ਬੂਝੇ ਦਾ ਕਿੰਨਾ ਫਰਕ ਹੈ ਬਈ। ਇਹ ਕਿਸਾਨਾਂ ਦੇ ਆਪਦੇ ਤਜਰਬੇ ਹੁੰਦੇ ਨੇ, ਜੇ ਆਪਾਂ ਦੱਸਾਂਗੇ ਕਿਸੇ ਨੂੰ ਫਿਰ ਹੀ ਪਤਾ ਲੱਗਦਾ, ਜੇ ਆਪਾਂ ਸਾਰੇ 'ਚ DAP ਪਾ ਦਈਏ ਫਿਰ ਵੀ ਨਹੀਂ ਪਤਾ ਲੱਗਦਾ। ਤੁਸੀਂ ਬਸ ਇੱਧਰ ਫਰਕ ਤੁਸੀਂ ਆਪਦੇ ਆਪ ਦੋਨੋਂ ਦਾ ਕੰਪੇਅਰ ਕਰ ਲਓ ਵੀ 1 ਦਿਨ ਦਾ ਫਰਕ ਹੈ, ਇਹ 1 ਦਿਨ ਪਹਿਲਾਂ ਲੱਗੀ ਹੈ, ਇਹ 1 ਦਿਨ ਬਾਅਦ 'ਚ ਲੱਗੀ ਹੈ। ਕੈਮਰਾਮੈਨ ਕਹੂੰ ਵੀ ਆਹ ਵੀ ਦਿਖਾ ਦੇ ਇੱਧਰ, ਹੁਣ ਆਹ ਦੇਖ ਲਓ ਕਿੰਨਾ ਫਰਕ ਹੈ ਬਈ। ਇਹ ਆਪਦੇ ਤਜਰਬੇ ਜ਼ਰੂਰ ਸਾਂਝੇ ਕਰਿਆ ਕਰੋ ਆਪਦੇ, ਬਾਕੀ ਕਮੈਂਟਾਂ ਰਾਹੀਂ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਦਾ ਇਹ DAP ਦਾ। ਮੇਰੇ ਹਿਸਾਬ ਨਾਲ ਤਾਂ ਪੂਰਾ ਕਾਮਯਾਬ ਹੈ ਇਹ, ਕਿਉਂ ਆਪਾਂ ਮੱਕੀ ਦੀ ਫਸਲ ਲੈਤੀ ਹੈ ਬਾਈ, ਨਹੀਂ ਮੱਕੀ ਦੀ ਫਸਲ ਜ਼ਮੀਨ ਨੂੰ ਖਿੱਚ ਲਾਉਂਦੀ ਹੈ, ਆਪਣੀ ਫਸਲ ਪੀਲੇ ਜਿਹੇ ਪੱਤੇ ਕੱਢਣ ਲੱਗ ਜਾਂਦੀ ਹੈ। ਹੁਣ ਇਹ 'ਚ ਕੋਈ ਪੀਲਾਪਣ ਜਮੀ ਇੱਕ ਪੱਤਾ ਵੀ ਪੀਲਾ ਨਹੀਂ ਆਇਆ ਹਾਲੇ, ਇਹ 'ਚੋਂ 19 ਇਹਨੇ ਉਹ ਨਹੀਂ ਕੀਤੀ ਗਰੋਥ ਜਿਹੜੇ 'ਚ ਆਪਾਂ ਨਹੀਂ ਪਾਇਆ। ਸਾਰੇ ਹੀ ਕਿਸਾਨ ਦਾ ਧੰਨਵਾਦ ਬਾਈ, ਪੇਜ ਨੂੰ ਕਰ ਲਓ ਫੋਲੋ ਸਾਰੇ, ਆਪਾਂ ਤਾਂ ਕਿ ਗੱਲਬਾਤ ਅੱਗੇ ਖੇਤੀਬਾੜੀ ਸੰਬੰਧੀ ਕਰਦੇ ਰਹੀਏ। ਧੰਨਵਾਦ ਦੋਸਤੋ।